ਰਹਿਮਾਨੀ ਰਹੀਮ, ਅਸਲਾਮ ਅਲੈਕੁਮ। ਕੈਸੇ ਮੇਰੇ ਭੈਣ ਭਾਈ? ਉਮੀਦ ਕਰਦੀ ਹਾਂ ਕਿ ਮੇਰੇ ਭੈਣ ਭਾਈ ਸਭ ਖੁਸ਼ ਹੋਣਗੇ, ਆਬਾਦ ਹੋਣਗੇ। ਅੱਲਾਹ ਤਾਲਾ ਮੇਰੇ ਭੈਣ ਭਾਈਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ। ਅਸੀਂ ਪੈਰੀ ਸੀ ਦੁਆਤ ਨਾਲ ਅੱਜ ਦੇ ਵਲਾਗਦਾ ਕਰਦੀ ਹਾਂ ਆਗਾਜ਼। ਜਿਹਨਾਂ ਮੇਰੇ ਭੈਣ ਭਾਈਆਂ ਨੇ ਨਸੀਮ ਮਾਫੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ, ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਪਰ ਵਕਤ ਮੇਰੇ ਭੈਣ ਭਾਈਆਂ ਤੱਕ ਪਹੁੰਚਦੀ ਰਹੇ। ਅੱਛਾ ਜੀ, ਅੱਜ ਦਾ ਵਲੋਗ ਕਿਸ ਤਰ੍ਹਾਂ ਦਾ? ਬਸ ਨਾ, ਠੰਡਾ ਠੰਡਾ ਮੌਸਮ ਆ, ਬਹੁਤ ਪਿਆਰਾ। ਦੇਖੋ ਤੋਰੀਆਂ ਲੱਗੀਆਂ ਵਾ, ਬੈਂਗਣ ਲੱਗੇ ਹੋਏ ਆ, ਕੱਦੂ ਆ, ਜਿਹਦੀ ਕਿ ਤੋਰੀਆਂ ਦੀ ਸਬਜ਼ੀ ਆ ਸਾਰੀ, ਤੋਰੀਆਂ ਅਤੇ ਬੈਂਗਣ ਲੱਗੇ ਹੋਏ ਅਤੇ ਮਸਾਲਾ ਇੱਕ ਬੜੀ ਮਿਹਨਤ ਕਰਕੇ ਲੋ ਲਾਈ ਹੋਈ ਅਤੇ ਪਾਣੀ ਵੀ ਨਾਲ ਚੱਲਦਾ ਪਿਆ ਖਾ ਲਾ, ਇੱਧਰ ਨਹੀਂ ਤਾਂ ਮੈਂ ਉੱਥੇ ਖਲੋਂਦੀ ਖਾ ਲਾ ਚੱਲਦਾ ਪਿਆ। ਅਤੇ ਨਾਸ਼ਤਾ ਕਰਨ ਲੱਗੇ, ਮਾਮੂ ਜੀ ਜਾ ਰਹੇ ਵਾਪਸ। ਮਾਮੂ ਉਹਨਾਂ ਨੂੰ ਬੜੀ ਮੁਸ਼ਕਿਲ ਛੁੱਟੀ ਮਿਲੀ, ਜਿੱਦਣ ਦੀ ਆਈ ਉੱਦਣ ਦੇ ਮਾਮੂ ਘਰ ਨਹੀਂ ਸੀ, ਜਾਣੀ ਕਿ ਭਾਈ ਲੈ ਕੇ ਆਏ, ਭਾਈ ਆਪ ਦੇ ਛੱਡਣ ਜਾਣਗੇ ਵਾਪਸ। ਅਤੇ ਮਾਮੂ ਜਾ ਰਹੇ, ਮਾਮੂ ਨੇ ਇੱਕ ਰਾਤ ਮੈਂ ਮਸਾ ਰੱਖੀ, ਪਿੱਛੋਂ ਫੋਨ ਆ ਰਿਹਾ ਗੱਡੀ ਦੇ ਵਾਪਸ ਆਓ, ਜਦੋਂ ਗੱਡੀ ਲੈ ਕੇ ਮਾਮੂ ਲਾਹੌਰੋਂ ਖਾਲੀ ਕਰਕੇ ਫਿਰ ਇੱਧਰ ਆ ਗਏ। ਅਤੇ ਮੈਂ ਰਾਤ ਬੜੀ ਮੁਸ਼ਕਿਲ ਮਾਮੂ ਨੂੰ ਰੱਖਿਆ, ਮੈਂ ਕਿਹਾ ਮਾਮੂ ਮੈਂ ਤੁਹਾਡੇ ਵਾਸਤੇ ਆਈ, ਇੰਨੀ ਦਿਨ ਹੋ ਗਏ ਤੁਸੀਂ ਘਰ ਨਹੀਂ। ਅਤੇ ਮਾਮੂ ਹੁਣੇ ਹੁਣ ਕਾਹਲੇ ਪਏ, ਜਾਣੀ ਕਿ ਨਾਸ਼ਤਾ ਕਰਕੇ ਨਾਲ ਨਾਸ਼ਤਾ ਮੰਗਾਇਆ ਹੋਟਲ ਤੋਂ, ਜਾਣੀ ਕਿ ਮਾਮੂ ਕਹਿੰਦੇ ਬੇਟਾ ਨਾਸ਼ਤਾ ਤੋਂ ਮੰਗਾਉਂਦੇ ਆ ਵੀ ਭਾਣਜੀ ਨੂੰ, ਅੱਗੇ ਵੀ ਮਾਸ਼ਾਅੱਲਾ ਅੱਛਾ ਸਾਰਾ ਕਰਨ ਦੇ ਸੀ ਜਿਵੇਂ, ਤਾਂ ਫਿਰ ਹੁਣ ਖਾਣਾ ਨਾਸ਼ਤਾ ਮੰਗਾ ਕੇ ਅਤੇ ਹੋਟਲ ਤੋਂ ਅਤੇ ਨਾਸ਼ਤਾ ਕਰਦੇ। ਅਤੇ ਮਾਮੂ ਜਾ ਰਹੇ ਨਾਲ, ਮਾਮੂ ਨਾਲ ਆਪਣੇ ਭੈਣ ਭਾਈਆਂ ਨੂੰ, ਮਾਮੂ ਦੀ ਫਿਰ ਇੱਕ ਵਾਰੀ ਆਪਣੇ ਮਾਮੂ ਨੂੰ ਤਾਰੀਫ ਕਰਾਉਂਦੇ, ਮਾਮੂ ਨਾਲ ਜਾਣੀ ਸ਼ੇਅਰ ਕਰਦੇ, ਮਾਮੂ ਫਿਰ ਆਪਣੇ ਭੈਣ ਭਾਈਆਂ ਨੂੰ ਵੀਡੀਓ 'ਚ ਲੈਂਦੀ ਆ। ਮੇਰੇ ਆਪੀ ਨੂੰ ਬਹੁਤ ਅੱਛਾ ਲੱਗਦਾ ਵਾ, ਜਾਣੀ ਕਿ ਮਾਮੂ ਦੀਆਂ ਗੱਲਾਂ ਬਹੁਤ ਪਿਆਰੀਆਂ ਲੱਗਦੀਆਂ। ਮਾਮੂ ਹੈ ਹੀ ਨਰਮ ਦਿਲ, ਰੋਂਦੇ ਬਹੁਤ ਆ, ਮੈਨੂੰ ਦੇਖ ਕੇ ਮੇਰੇ ਬੱਚਿਆਂ ਨੂੰ ਦੇਖ ਕੇ ਸ਼ੁਰੂ ਤੋਂ ਮੁਹੱਬਤ ਕਰਦੇ ਸੀ ਬਚਪਨ ਤੋਂ, ਹੁਣ ਵੀ ਜ਼ਿਆਦਾ ਰੋਂਦੇ। ਜਦੋਂ ਦੀ ਮੇਰੇ ਸਿਰ 'ਤੇ ਸ਼ੋਰ ਦਾ ਸਾਇਆ ਚੱਲ ਗਿਆ ਉਦੋਂ ਦੇ ਨਾ ਬਹੁਤ ਰੋਂਦੇ। ਅਤੇ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਰਾਤ ਬਾਜੀ ਤੁਹਾਡਾ ਕੀ ਮਸਲਾ ਵਾ, ਅਤੇ ਉਹ ਮੇਰੀ ਭੈਣ ਆ ਜਾਂ ਮੇਰੀ ਆਪ ਛੋਟੀ ਆ ਮੇਰੇ ਤੋਂ ਜਾਂ ਵੱਡੀ ਆ ਜਾਂ ਮੇਰੀ ਆਪੀ ਮੇਰੀ ਭੈਣ ਆ, ਭੈਣ ਹੀ ਆ, ਭੈਣਾਂ ਹੀ ਭੈਣਾਂ ਦਾ ਦੁੱਖ ਕਰਦੀਆਂ। ਉਹ ਨਾ ਮੇਰੀ ਭੈਣ ਨੇ ਪੁੱਛਿਆ ਵੀ ਆਪੀ ਤੁਹਾਡਾ ਕੀ ਮਸਲਾ ਵਾ, ਅਤੇ ਆਪੀ ਮੇਰਾ ਮਸਲਾ ਇਹ ਵੀ ਮੇਰਾ ਸ਼ੋਹਰ ਫੋਤ ਹੋ ਗਿਆ, ਜਾਣੀ ਕਿ 5 ਸਾਲ ਹੋ ਗਏ, ਅਤੇ ਇਹ ਮੇਰੇ 4 ਬੇਟੀਆਂ ਵਾ, ਇੱਕ ਬੇਟਾ ਵਾ। ਆਹ ਬੇਟੀ ਮੇਰੀ ਆਪਣੇ ਪਾਪਾ ਤੋਂ ਬਾਅਦ ਪੈਦਾ ਹੋਈ, ਉਹਨਾਂ ਦੀ ਡੈਥ ਹੋ ਗਈ ਸੀ ਜਦੋਂ ਇਹ ਪੈਦਾ ਹੋਈ ਹੈ। ਇਹ ਮੇਰੀ ਬੇਟੀ ਛੋਟੀ ਛੋਟੀ ਆ, ਜਾਣੀ ਕਿ ਆਪਣੇ ਪਾਪਾ ਨੇ ਇਹਨਾਂ ਨੇ ਇਹਨੇ ਦੇਖਿਆ, ਅਤੇ 4 ਬੇਟੀਆਂ ਮੇਰੀਆਂ, ਇੱਕ ਬੇਟਾ ਵਾ। ਅਤੇ ਇਸ ਵਾਸਤੇ ਮੇਰੀ ਭੈਣ ਨੇ ਪੁੱਛਿਆ ਬਾਜੀ ਤੁਹਾਡਾ ਕੀ ਮਸਲਾ, ਜਾਣੀ ਕਿ ਵੀਡੀਓ ਦੇਖੀ ਹੈ, ਮਾਮੂ ਨੂੰ ਰੋਂਦਾ ਦੇਖਿਆ, ਮੈਨੂੰ ਦੇਖਿਆ, ਮੇਰਾ ਇਹ ਮਸਲਾ, ਮੇਰਾ ਸ਼ੋਰ ਨਹੀਂ ਹੈ। ਅਤੇ ਇਸ ਵਾਸਤੇ ਛੁੱਟੀਆਂ ਗੁਜ਼ਾਰਨ ਮਾਮੂ ਕੋਲ ਆਈ ਸੀ, ਮੇਰੇ ਸਿੱਕੇ ਮਾਮੂ ਆ, ਅਤੇ ਇਹਨਾਂ ਦੇ ਕੋਲ ਮੈਂ ਛੁੱਟੀਆਂ ਗੁਜ਼ਾਰਨ ਵਾਸਤੇ ਆਈ ਸੀ ਬੱਚਿਆਂ ਨੂੰ ਲੈ ਕੇ, ਅਤੇ ਸ਼ੋਹਰ ਨਹੀਂ ਸਿਰ 'ਤੇ ਹੈ, ਇਹ ਮੇਰਾ ਮਸਲਾ, ਜਾਣੀ ਕਿ ਬੰਦਾ ਮਾਮੂ ਵੀ ਰੋਂਦੇ ਆ, ਖੁਦ ਜ਼ਿੰਦਗੀ ਪਰੇਸ਼ਾਨ, 5 ਬੱਚੇ, ਛੋਟੇ ਛੋਟੇ ਬੱਚੇ, ਬੇਟਾ ਵੀ ਬਹੁਤ ਛੋਟਾ ਵਾ। ਅਤੇ ਬਾਕੀ ਮੇਰੀ ਭੈਣ ਦਾ ਬਹੁਤ ਸ਼ੁਕਰੀਆ ਜਿਹਨੇ ਮੇਰਾ ਦੁੱਖ ਕੀਤਾ, ਮੇਰਾ ਦਰਦ ਕੀਤਾ, ਮੈਨੂੰ ਪੁੱਛਿਆ ਵਾ। ਅਤੇ ਬਾਕੀ ਵੀਡੀਓ ਦਾ ਨਾਲ ਜੁੜੇ ਰਹੀਓ, ਵੀਡੀਓ ਫੁੱਲ ਵਾਸ਼ ਕਰੀਓ, ਜਾਂਦੇ ਹਾਂ ਨਾਸ਼ਤਾ ਕਰਦੇ, ਬਾਕੀ ਵੀਡੀਓ ਦੇ ਜਿਹੜੇ ਵੀ ਸੀਨ ਹੋਏ ਆਪਣੇ ਪਿਆਰੇ ਪਿਆਰੇ ਭੈਣ ਭਾਈਆਂ ਨਾਲ ਸ਼ੇਅਰ। ਅੱਛਾ ਜੀ, ਮਾਮੂ ਜਾ ਰਹੇ ਵਾਪਸੀ ਗੱਡੀ 'ਤੇ, ਮਾਮੂ ਗੱਡੀ ਦਾ ਫੋਨ ਆ ਗਿਆ, ਰਾਤ ਵੀ ਮਾਮੂ ਨੂੰ ਫੋਨ ਆਉਂਦੇ ਆ, ਰਾਤ ਵੀ ਗੱਡੀ ਕਰਨ ਦੇ ਆ, ਟੈਸਟ ਲੱਗੇ ਹੋਏ ਨਾ, ਪਤਾ ਲੱਗਦਾ ਮਾਲਕਾਂ ਨੂੰ ਕਿੱਥੇ ਖੜੀ ਹੈ, ਕਿੱਥੇ ਗੱਡੀ ਖੜੀ ਆ। ਤੇ ਉਹ ਫਿਰ ਪੁੱਛਾ ਰਿਹਾ ਸੀ ਵੀ ਸੋਰੀ ਪਹੁੰਚੋ, ਅਗਰ ਤੁਸੀਂ ਦੇ ਜਾ ਉੱਥੇ ਹੈਗੇ, ਮੈਂ ਉਹਨਾਂ ਨੂੰ ਦੱਸਿਆ ਫਿਰ ਆਪ, ਮੈਂ ਸੁਬਾਹ ਨਿਕਲਾਂਗਾ, ਪਰ ਮੇਰੀ ਮਜ਼ਬੂਰੀ ਆ, ਬੱਚੀ ਆ ਰਹੀ ਆ, ਅਤੇ ਮੈਂ ਤਾਂ ਮਿਲਣ ਵਾਸਤੇ, ਮੈਂ ਕਿਹਾ ਮੈਂ ਘਰ ਹੀ ਨਹੀਂ ਆ ਸਕਦਾ, ਛੁੱਟੀ ਮੰਗੀ ਸੀ, ਛੁੱਟੀ ਕੋਲ ਤੋਂ ਉਹਨਾਂ ਦਿੱਤੀ ਨਹੀਂ ਆ, ਕਿਉਂਕਿ ਹੁਣ ਗਰਮੀ ਹੈ ਨਾ, ਅਤੇ ਸੀਜ਼ਨ ਹੈਗਾ, ਗੈਸ ਅਸੀਂ ਜਿਹੜਾ ਉਹ ਗੈਸ ਵਿੱਚ ਪੈਂਦਾ ਨਾ, ਸੀਓ ਟੂ ਪੈਂਦਾ, ਉਹ ਗੈਸ ਆ ਪੁੱਤ,
ਹੁਣ ਗਰਮੀ ਚ ਤਾਂ ਹਰ ਬੰਦਾ ਬੋਤਲ ਪੀਂਦਾ, ਹਰ ਬੰਦਾ ਪੀਂਦਾ ਮਜਬੂਰੀ ਹੈ, ਉਹਦੀ ਵਜ੍ਹਾ ਨਾਲ ਨਾ ਫਿਰ ਉਹ ਭੱਜ ਨਾ ਸਕ ਜਾਣੀ ਕਿ ਸਾਡਾ ਸੀਜ਼ਨ ਆ, ਸਰਦੀਆਂ ਨੂੰ ਅਸੀਂ ਖਲੋ ਜਾਂਦੇ ਹਾਂ, ਗਰਮੀਆਂ ਨੂੰ ਭੱਜ ਨਾ ਜਾਂਦੀ ਹੈ। ਤੇ ਉਹ ਕਹਿ ਰਹੇ ਸੀ ਗੱਡੀ ਕਿਉਂ ਲੇਟ ਆ, ਔਰ ਮੇਰੀ ਗੱਡੀ ਹੈ ਸਟਾਫ ਵਾਲੀ ਵੱਡੀ ਗੱਡੀ ਹੈ, ਇਹ ਜਿੱਦਾਂ ਮੈਂ ਟੁੱਟਦਾ ਉੱਥੇ ਤੇ ਉਹਦੇ ਫਿਰ ਤਾਂ ਭਰ ਦੇਈ। ਸੋ ਮੈਂ ਕਿਹਾ ਸਰ ਮੇਰੇ ਲਈ ਮਜ਼ਬੂਰੀ ਸੀਗੀ, ਉਹਨੇ ਕਿਹਾ ਮੈਂ ਯਾਰ ਤੂੰ ਮਜ਼ਬੂਰੀ ਕਰਨਾ ਅਤੇ ਅਸੀਂ ਬਣ ਜਾਂਦਾ ਅੱਛੀ ਤਰ੍ਹਾਂ ਦੀ ਰਾਤ ਹੈ, ਲੇਕਿਨ ਕੋਸ਼ਿਸ਼ ਇਨਸਾਨ ਨੂੰ ਕਰਨੀ ਚਾਹੀਦੀ ਕਿ ਇੱਕ ਦੂਜੇ ਦੇ ਭੈਣ ਭਰਾ ਦੇ ਖੂਨ ਦੇ ਰਿਸ਼ਤਿਆਂ ਦੇ ਖੂਨ ਦੇ ਰਿਸ਼ਤੇ ਤੋਂ ਇਲਾਵਾ ਵੀ ਅੱਲਾਹ ਨੇ ਸਾਡੇ ਨਬੀ ਨੇ ਇਹ ਦੱਸਿਆ ਹੈਗਾ ਕਿ ਤੁਸੀਂ ਇਨਸਾਨੀਅਤ ਦੇ ਨਾਲ ਪਿਆਰ ਕਰੋ, ਠੀਕ ਹੈ। ਅੱਲਾਹ ਦੀ ਮਖਲੂਕ ਸਾਰੀ ਉਪਾਵਰ ਜਿਹੜੇ ਹੈਗੇ ਹੁੰਦੀ ਹੈ ਉਹ ਵੀ ਤੇਰਾ ਅੱਲਾਹ ਨੇ ਪੈਦਾ ਕੀਤੀ ਹੈ, ਅੱਲਾਹ ਉਹਨਾਂ ਨੂੰ ਵੀ ਦੇ ਰਿਹਾ ਜੀ। ਆਪਾਂ ਕਿਸੇ ਨੂੰ ਕਿਉਂ ਜਿਹੜਾ ਜਿਹੜਾ ਬੰਦਾ ਕੋਈ ਕੰਮ ਸੋਚਦਾ ਉਹ ਗਲਤ ਹੈ। ਤੁਸੀਂ ਇਸ ਤਰ੍ਹਾਂ ਯਾਨੀ ਕਿ ਇਕੱਠੇ ਹੋ ਕੇ ਜਿਹੜਾ ਅੱਲਾਹ ਇਸ ਚੀਜ਼ 'ਚ ਖੁਸ਼, ਅੱਲਾਹ ਜੋ ਉਹਨੂੰ ਪਸੰਦ ਕਰਦਾ ਤੋੜ ਅਤੇ ਰਾਜ਼ਕ ਮੇਰਾ ਰੱਬ ਹੈ ਉਹ ਕੁਛ ਦਿਲ 'ਚ ਵੱਸਦਾ ਕਿਸੇ ਦੇ ਅੱਲਾਹ ਸਾਰਾ ਖੁਸ਼ੀ ਨਿਜ਼ਾਮ ਜਿਹੜਾ ਸਿੱਧਾ ਕਰ ਦਿੰਦੇ ਹੈਗਾ, ਉਹ ਜਿਹੜੇ ਬਹੁਤ ਅੱਛੇ ਹੈ ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ, ਇਹਨਾਂ ਦਾ ਵੱਡਾ ਪਾਨ ਹੈ ਅੱਲਾਹ ਉਹਨਾਂ ਨੂੰ ਸ਼ੋਅ ਕੀਤਾ ਹੋਇਆ। ਕਿਉਂਕਿ ਦੁਨੀਆ ਦੇ ਵਿੱਚ ਤੂੰ ਜਿੰਨੇ ਮਰਜ਼ੀ ਮਹਿਲ ਬਣਾ ਰਿਹਾ ਮਿਲਾਂ ਨਹੀਂ ਮਾਲਕ ਬਣ ਜਾ, ਅਸੀਂ ਵੱਡੇ ਵੱਡੇ ਲੋਕ ਦੇਖੇ ਆ ਕੁਛ ਪੈਟਰੋਲ ਲੈਣ ਦੇ ਵਿੱਚ ਵੱਡੇ ਵੱਡੇ ਦੌਲਤਮੰਦ ਦੇਖੇ ਆ, ਕਿਸੇ ਕੋਲ ਔਲਾਦ ਹੀ ਨਹੀਂ, ਉਹ ਬਾਅਦ ਦੇ ਵਿੱਚ ਜਿੰਨੀ ਜਾਇਦਾਦ ਪੰਪ ਜੋ ਕੰਪਨੀਆਂ ਸਾਰੀਆਂ ਮਦਰਸਿਆਂ ਅੱਲਾਹ ਪਾਕ ਨੂੰ ਔਲਾਦ ਦੇ ਦਿੰਦਾ ਉਹਨੂੰ ਕਿਸੇ ਚੀਜ਼ ਨੂੰ, ਜੇ ਉਹ ਦਿੱਤੇ ਤਾਂ ਇਹਨਾਂ ਦਾ ਰਾਜ਼ਕ ਵੀ ਹੋ, ਤੇਰੀ ਹੈਲਪ ਜਿਹੜੇ ਕਰ ਰਹੇ ਜਾਂ ਤੇਰੇ ਨਾਲ ਚੱਲ ਰਿਹਾ ਪੁੱਤ, ਅੱਲਾਹ ਪਾਕ ਨੇ ਉਹਨਾਂ ਨੂੰ ਅਜੇ ਇਸ ਚੀਜ਼ ਦਾ ਦੇਣਾ, ਉਹ ਅੱਲਾਹ ਪਾਕ ਵਸਿਆ ਉਹਨਾਂ ਦੇ ਦਿਲ, ਉਹਨਾਂ ਦਾ ਵੀ ਕਮਾਲ ਹੈ, ਲੇਕਿਨ ਅੱਲਾਹ ਨੇ ਉਹਨਾਂ ਨੂੰ ਸ਼ੋਅ ਕੀਤਾ। ਆਪਾਂ ਨਮਾਜ਼ ਆਦਿ ਮਰਜ਼ੀ ਨਾਲ ਨਹੀਂ ਪੜ੍ਹ ਸਕਦੇ, ਅੱਲਾਹ ਨੇ ਜਦੋਂ ਤਫੀਕ ਦੇਣੀ ਉਦੋਂ ਪੜ੍ਹ ਸਕਦੇ। ਵਾਰ ਵਾਰ ਆਪਾਂ ਕਈ ਵੀ ਜਾਂਦੇ ਹਾਂ, ਕਈ ਬੰਦੇ ਐਸੇ ਵੀ ਹੈ ਜਿਹੜੇ ਅਸੀਂ ਦੇਖਿਆ ਹੈਗਾ ਮਸਜਿਦ ਤੋਂ ਮੁੜ ਕੇ ਵੀ ਆ ਜਾਂਦੇ, ਜਾਂ ਹੱਜ ਕਰਨ ਵਾਸਤੇ ਜਾਂਦੇ ਉੱਥੋਂ ਉਹਨਾਂ ਦਾ ਕਬੂਲ ਨਹੀਂ ਹੁੰਦਾ ਜਾਂ ਮਜਬੂਸ ਹੋ ਕੇ ਆ ਜਾਂਦੇ, ਅਤੇ ਜਿਹਨੇ ਮਾਂ ਬਾਪ ਦਾ ਵੱਡਿਆ ਘਰ ਤੋਂ ਕਰ ਲਿਆ ਅੱਲਾਹ ਕਹਿ ਰਿਹਾ ਮੈਂ ਤੁਹਾਨੂੰ ਇੱਥੇ ਆ ਗਿਆ, ਸਵਾਬ ਦੇ ਰਿਹਾ ਸੁਬਹ ਮਾਂ ਨੂੰ ਔਰ ਬਾਪ ਨੂੰ ਰੱਖੋ। ਅੱਲਾਹ ਪਾਕ ਉਹਨਾਂ ਨੂੰ ਬਹੁਤ ਜ਼ਿਆਦਾ ਜਿੱਦਾਂ ਚੰਨੂ ਸ਼ਾਪਿੰਗ ਕਰਨ ਮਾਮੀ ਨਾਲ ਅਤੇ ਕੱਪੜੇ ਲੈਣੇ, ਬਸ ਅੱਲਾਹ ਮੀਆਂ ਚੰਨੂ ਦੀ ਸ਼ਾਪਿੰਗ ਕਰਨੀ ਬਸ ਵੀਰੇ ਹਾਂ।
ਨਹੀਂ ਇੱਕ ਜਣੀ ਦਾ ਕਰ ਲੈਂਦੇ ਨਾ ਵੀ ਬਹੁਤ ਪਿਆਰਾ, ਇੱਕ ਦਾ ਕਰ ਲੈਂਦੇ ਰੈਡ ਰੈਡ ਜਾਂ ਬਿੱਲੂ ਮੈਂ ਕਹਿੰਦੀ ਇਹ ਵਾਲਾ ਕਰਨਾ ਹੈ ਪੁਰਾਣਾ ਜਿਹੜਾ ਸੋਹਣਾ ਲੱਗਦਾ ਹਾਨੀਆਂ ਦਾ ਲੈ ਲਾ ਵੱਡੀ ਦਾ ਲੈ ਲਾ ਸਵੇਰਾ ਦਾ ਨਹੀਂ ਦੂਸਰੀ ਦਾ ਹਾਦੀਆ ਦਾ ਹਾਦੀਆ ਦਾ ਪਿਆਰਾ ਨਹੀਂ ਆਹ ਕਰਨਾ ਨਹੀਂ ਹੈ ਕਰਨਾ ਫਿਰ ਹਾਂਜੀ ਆ ਰੈਡ ਇਹ ਬਿੱਲੂ ਕਰਨਾ ਵਾ ਤੁਸੀਂ ਵੀ ਆਪਣੀ ਪਸੰਦ ਦਾ ਦੇ ਲੈ ਦਿਓ ਬਸ ਨਹੀਂ ਜੇ ਇਹ ਆਹ ਕਰਨਾ ਨਾ ਤੇ ਫਿਰ ਕਮੀਜ਼ ਤਾਂ ਨਹੀਂ ਕਮੀਜ਼ ਨਹੀਂ ਇਹਦੇ ਨਾਲ ਆਹ ਪਿਆਰੀ ਜੀ ਕਮੀਜ਼ ਆਹ ਜਿਹੜੀ ਨੇ ਇਹਦੇ ਨਾਲ ਲੱਗ ਜੂਗੀ ਉਹਦੀ ਵੀ ਸ਼ਲਵਾਰ ਪਿਆਰੀ ਆ ਵੇਖੀ ਫਿਰ ਇਹ ਲੈਣਾ ਹਾਂਜੀ ਇੱਕ ਇਹ ਵਾਲਾ ਅਤੇ ਇੱਕ ਉਹ ਅਤੇ ਆਹ ਰਹਿੰਦੀ ਆਹ ਰਹਿੰਦੀ ਆਹ ਪਿਆਰਾ ਬਹੁਤ ਕਿੰਨੇ ਕਿੰਨੇ ਲਾਉਣੇ ਆ ਅੱਛਾ ਜੀ ਹਾਲੇ ਸਾਮੀ ਉਹਨਾਂ ਦੇ ਆਉਂਦੀਆਂ ਸਾਮੀਆਂ ਦੇ ਬਹੁਤ ਪਿਆਰਾ ਕੱਪੜਾ ਮਾਸ਼ਾਅੱਲਾ ਮੀਆਂ ਚੰਨੂ ਦੇ ਬਾਜ਼ਾਰ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂ ਆਹ ਬਹੁਤ ਵੱਡੀ ਦੁਕਾਨ ਇੱਥੋਂ ਅਸੀਂ ਕੱਪੜਾ ਲਿਆ ਜਾਨੀ ਕਿ ਇੱਥੋਂ ਸ਼ਾਪਿੰਗ ਕੀਤੀ ਅਤੇ ਕੱਪੜਿਆਂ ਦੀ ਮਾਸ਼ਾਅੱਲਾ ਬਹੁਤ ਵੱਡੀ ਦੁਕਾਨ ਮਾਸ਼ਾਅੱਲਾ ਸੇਲ ਲੱਗੀ ਹੈ ਮਾਸ਼ਾਅੱਲਾ ਬਹੁਤ ਬਹੁਤ ਪਿਆਰੀਆਂ ਈਦ ਵਾਸਤੇ ਜਿੱਤੀਆਂ ਮਾਸ਼ਾਅੱਲਾ ਬਹੁਤ ਪਿਆਰੀ ਸੇਲ ਸੂੜੇ ਆਏ ਹੋਏ ਆ ਅੰਬ ਆਏ ਚਾਰ ਪਾਉਣ ਨੂੰ ਹਾਂਜੀ ਮਾਸ਼ਾਅੱਲਾ ਆ ਜਾਓ ਬਸ ਕੋਈ ਨਾ ਸਾਡਾ ਹੱਕ ਬਣਦਾ ਲੈਣੇ ਦੇਣੇ ਤਾਂ ਲੈ ਹੀ ਆਉਂਦੇ ਕੋਈ ਨਾ ਸਾਡੀ ਧੀ ਹੈ ਕਿੰਨਾ ਵਾ ਚੇਰ ਬਾਹਰ ਕਰ ਲਈਏ ਬਾਪੂ ਉਹਨਾਂ ਨੂੰ ਚਾਹੇ ਇੰਨਾ ਮੈਨੂੰ ਕਹਿੰਦੀ ਪਹਿਲਾਂ ਵੀਡੀਓ ਬਣਾਉਣ ਜਾਣਾ ਮੈਂ ਸ਼ੋਪੋ ਆ ਜਾਂਦੀ ਵੀਡੀਓ ਬਣਾਵਾ ਆ ਲਿਆ ਮੈਂ ਘੁਮਾ ਕੇ ਲੈ ਲਿਆ ਮੈਂ ਵੀਡੀਓ ਬਣਾ ਲਈ ਥੋੜ੍ਹੀ ਬਹਿ ਕੇ ਸ਼ਾਪੋ ਬਣਾਉਣ ਲੱਗ ਗਈ ਬੇਟਾ ਹੁਣ ਤੱਕ ਜਾਂਦਾ ਹੈਗਾ ਵਾ ਜੀ ਸੇਮ ਬਸ ਠੀਕ ਆ
ਹਾਂਜੀ ਇਹ ਜਿਹੜਾ ਵਾ ਇਹ ਦੁਪੱਟਾ ਵਾ ਸੋਹਣਾ ਮਾਸ਼ਾਅੱਲਾ ਵੀ ਪਠਾਣੀ ਦਾ ਰੰਗ ਸੋਹਣਾ ਕਰਕੇ ਸੋਹਣਾ ਸੂਟ ਲੈ ਕੇ ਦਿੱਤਾ ਮੈਂ ਕਿਹਾ ਪਿਆਰਾ ਲੱਗੂਗਾ ਪਾਇਆ ਇਹ ਸਲਵਾਰ ਮੈਂ ਕਿਹਾ ਕੋਈ ਨਾ ਪੁੱਤ ਇੰਨਾ ਤਰ੍ਹਾਂ ਦੇ ਕੰਮ ਆ ਹੁਣ ਇਹਦਾ ਪਰੇਸ਼ਾਨ ਹੋ ਕੇ ਆਈ ਅਤੇ ਸਵਾ ਵੀ ਸਵਾ ਕੇ ਸੋਹਣਾ ਪਾਣੀ ਸੀ ਇਹਦਾ ਕੀ ਸ਼ੂਟ ਦਾ ਸੋਚਦਾ ਅੱਜ ਮੁਸ਼ੀ ਇੱਦਾਂ ਬਣਾਈ ਜਾਂਦਾ ਪਸੰਦ ਕੀਤਾ ਇੰਨੇ ਚਾਅ ਨਾਲ ਕੀਤਾ ਕਹਿੰਦਾ ਮੈਂ ਆਪਣੇ ਭਾਣਜੇ ਦਾ ਆਪ ਪਸੰਦ ਕਰਨਾ ਮੰਮੀ ਨੇ ਨਾਨੀ ਨੇ ਆਪਣੀ ਪਸੰਦ ਅਤੇ ਬਾਈ ਅੰਕਲ ਨੇ ਜੀ ਮੁਸ਼ੀ ਇੱਦਾਂ ਪਸੰਦ ਆਪਣੀ ਚਲੋ ਆਪਦੀ ਮਿੱਟੀ ਦਾ ਸਾਰੀਆਂ ਦਾ ਹੀ ਬਣ ਜਾਣਾ ਦੋਨੋਂ ਭੈਣਾਂ ਦੇ ਇਕੱਠੇ ਆ ਸਾਰੀਆਂ ਦਾ ਅਤੇ ਮਿੱਟੀ ਦਾ ਹਾਰੀਆਂ ਦਾ ਇਹ ਦੋਨਾਂ ਦੇ ਕਿਸਮਤ ਕਰੇ ਬਹੁਤ ਪਿਆਰੇ ਲੱਗ ਦਿੱਤੇ ਮੰਮੀ ਸ਼ੁਕਰੀਆ ਅੱਲਾ ਤੁਹਾਨੂੰ ਤਾਜ਼ੀ ਖੁਸ਼ੀ ਦੇਵੇ ਸਿਹਤ ਦੇਵੇ ਅੱਲਾ ਤੁਹਾਨੂੰ ਬਹੁਤਾ ਦੇਵੇ ਮਾਮੂ ਦੀ ਲੰਬੀ ਜ਼ਿੰਦਗੀ ਕਰੇ ਭਾਈ ਲੱਗ ਅੱਲਾ ਤੁਹਾਨੂੰ ਸਿਹਤ ਤੁਹਾਨੂੰ ਖੁਸ਼ੀ ਦੇਵੇ ਜਿਹੜਾ ਬਸ ਇਹਨਾਂ ਦਾ ਦੁਆਵਾਂ ਤੁਹਾਡੀਆਂ ਕਦੇ ਤੁਹਾਡੇ ਪਿੱਛੇ ਇੰਨਾ ਸੋਹਣਾ ਦੇਖਦਾ ਵਾ ਹਾਂਜੀ ਸ਼ੁਕਰ ਆ ਮੇਰੇ ਮਾਂ ਦਾ ਰਾਤ ਤਾਂ ਤੇਰੇ ਸਾਹਮਣੇ ਬਸ ਹੈ ਅਤੇ ਅਸੀਂ ਤਾਂ ਕਿਹਾ ਸੀ ਚਲ ਕੋਈ 10,000 ਰੁਪਈਆ ਦੇ ਦਿਆ ਅਫਜ਼ਲ ਕਹਿੰਦਾ ਨਹੀਂ ਮੰਮਾ ਕੱਪੜੇ ਬਣਾ ਕੇ ਦਿਓ ਬਾਜੀ ਕੋਲ ਖਾਧੇ ਪੀਤੇ ਜਾਣੇ ਆ ਨਹੀਂ ਤਾਂ ਆਈ ਆ ਚੱਲ ਕੱਪੜੇ ਬਣਾ ਦਿੰਦੇ ਹਾਂ ਅੱਛਾ ਬਾਜੀ ਜੀ ਦੇਵੇ ਮੇਰੇ ਪਹਿਲਾਂ ਪਹਿਲੀ ਵਾਰ ਆਈ ਆ ਸਿਹਤ ਦੇਵੇ ਤੁਹਾਡੀ ਬਾਹਰ ਆਈ ਮੰਮੀ ਤੁਹਾਨੂੰ ਵੀ ਦਿਓ ਮੇਰੀ ਬੇਟੀ ਦੀ ਆਪੀ ਵੀ ਕਵੇ ਤੇ ਸੂਟ ਸਵਾ ਕੇ ਪਾ ਲੈਣਾ ਤੰਦਰੁਸਤੀ ਦੇਣੀ ਆਪਣੇ ਕਿਹੜਾ ਬਸ ਕੀ ਕਰ ਸਕਦਾ ਹੁਣ ਆਪਾਂ ਤਾਂ ਕਿੰਨਾ ਸੋਗ ਮਨਾਵਾਂਗੇ ਪਰੇਸ਼ਾਨੀ ਰਹਾਂਗੇ ਬੱਚੇ ਆ ਨਿੱਕੇ ਨਿੱਕੇ ਤੈਨੂੰ ਪਤਾ ਫਿਰ ਗਾਹ ਦੀ ਗਾਹ ਬਣਦੇ ਜਾਂਦੇ ਆ ਲੱਗੇ ਗਾਹ ਹੁੰਦੇ ਜਾਂਦੇ ਅੱਗੇ ਤੰਦਰੁਸਤੀ ਦੇ ਪਿੱਛੇ ਜਿਹੜਾ ਜਿਹੜਾ ਗਾਹ ਹੁੰਦੇ ਜਾਂਦੇ ਅੱਗਾ ਚਾਰ ਵੱਧਦੇ ਜਾਂਦੇ ਵੱਧਦੇ ਜਾਂਦੇ ਪਰੇਸ਼ਾਨੀ ਨਾ ਕਿਤੇ ਪਰੇਸ਼ਾਨੀ ਲਾਉਂਗੀ ਤਾਂ ਕੁਛ ਵੀ ਨਹੀਂ ਬਣਨਾ ਨਜ਼ਰ ਰਹਿ ਜੂਗੀ ਅਟੈ ਘੁੰਮਦਾ ਘੁੰਮਦੀ ਆ ਤੰਦਰੁਸਤੀ ਰਹਿੰਦਾ ਫਿਰ ਉਹਨਾਂ ਦੇ ਸਿਰ 'ਤੇ ਮੇਰਾ ਸਾਇਆ ਰੱਖੋ ਪਰੇਸ਼ਾਨੀ ਨਾ ਰਿਹਾ ਸਾਇਆ ਰੱਖੇ ਤੁਹਾਡੇ ਸਿਰ 'ਤੇ ਨਾ ਮਾਂ ਨਾ ਪਿਓ ਵਾ
ਵਿਚਾਰਿਆ ਕੋਲ ਗੱਡੀ ਚੱਲਦੀ ਸੀ ਪਰ ਮਜ਼ਬੂਰੀ ਦੀ ਲੰਬੀ ਕੀ ਕਰਨ ਬਸ ਇੱਦਾਂ ਮੈਂ ਤੁਹਾਨੂੰ ਤਰ੍ਹਾਂ ਤੁਹਾਨੂੰ ਰੁਜ਼ਗਾਰ ਲਾ ਦੇਵੇ ਜਿਹੜਾ ਆਪਦਾ ਬਾਹਰ ਚੱਲਦਾ ਘਰੇ ਕੰਮ ਕਰਕੇ ਸੀ ਦੋ ਬਹੁਤ ਚੱਲਣ ਰਹੀ ਆ ਹਾਂਜੀ ਹਵਾ ਪੈਣ ਰਹੀ ਆ ਕਰਾਚੀ ਦੇ ਪਿੰਡ ਪਹੁੰਚਣਾ ਹਾਂਜੀ ਅਤੇ ਕਹਿੰਦੇ ਸੀ ਦੋ ਵਾਰ ਅਤੇ ਮਾਤਾ ਨਹੀਂ ਅਸੀਂ ਵਾਕ ਦੀ ਦੇ ਵਿੱਚ 80,000 ਦਾ ਰੱਖਿਆ ਹਾਂਜੀ ਅਤੇ ਆਪ ਤੋਂ ਤੇਰੇ ਸਾਹਮਣੇ ਕੋਲ ਝੁੱਕੇ ਚ 20,000 ਰੁਪਈਆ 20,000 ਰੁਪਈਆ 20,000 ਤਨਖਾਹ ਬਣਦੀ ਪਿਓ ਪੁੱਤਰ 10,000 ਰੁਪਈਏ ਕੀ ਆ ਹਾਂਜੀ 20,000 ਰੁਪਈਆ ਦੀ ਆ ਅਤੇ ਕੀ ਬਣਦਾ ਮਕਸਦ ਉਹ ਸ਼ਿਹਾਰ ਲਿਆ ਜਾਂਦਾ ਕੱਪੜਿਆਂ ਦਾ ਵੀ ਕਹਿ ਕੇ ਮੈਂ ਕਿਹਾ ਮੰਮੀ ਕੋਈ ਗੱਲ ਨਹੀਂ ਕਹਿੰਦਾ ਨਹੀਂ ਬੇਟਾ ਤੁਸੀਂ ਲਿਆ ਸਾਡੀ ਇੰਨੀ ਦੇਰ ਬਾਅਦ ਅਸੀਂ ਸਾਡਾ ਹੱਥ ਬੰਦ ਹੈ ਤੁਸੀਂ ਰੱਖ ਕੇ ਜਿਹੜਾ ਸੀ ਰੱਖ ਕੇ ਤੋੜ ਕੇ ਦਿੰਦੇ ਅੱਗੇ ਲੈ ਕੇ ਤੋੜੀ ਇਹ ਕਹਿੰਦਾ ਬੇਟਾ ਮਜ਼ਬੂਰੀ 'ਚ ਜਿਵੇਂ ਜਿਵੇਂ ਸੁਰੈਤ ਬਣਿਆ ਵਾ ਮੈਂ ਕਿਹਾ ਮੰਮੀ ਕੋਈ ਗੱਲ ਨਹੀਂ ਤੁਸੀਂ ਤੁਹਾਡੀ ਮੁਹੱਬਤ ਹੀ ਬੜੀ ਹੈ ਤੁਹਾਡੀ ਫਿਕਰ ਹੀ ਜਿਹੜਾ ਮੇਰੇ ਵਾਸਤੇ ਤੁਸੀਂ ਕਰਦੇ ਹੀ ਬੜੀ ਹੈ ਅਤੇ ਬਾਕੀ ਇੰਨਾ ਇਹਨਾਂ ਨੂੰ ਬਹੁਤਾ ਦੇਵੇ ਮੰਮੀ ਉਹਨਾਂ ਨੂੰ ਦੁਆ ਕਰਕੇ ਮੇਰੇ ਭੈਣ ਭਾਈ ਵੀ ਦੱਸਣ ਆਪ ਵੀ ਦੱਸੇ ਪਿੰਡਾਂ ਦੇ ਕੱਪੜੇ ਅੱਛੇ ਆ ਮੈਨੂੰ ਬਹੁਤ ਪਸੰਦ ਆਏ ਮੇਰੇ ਭੈਣ ਭਾਈ ਵਿਲਾਸ ਵੀ ਦੱਸਣ ਮੇਰੀ ਭੈਣ ਦੀ ਕਮੈਂਟ ਵੀ ਦੱਸੇ ਅਤੇ ਵੀਡੀਓ ਲੈਣ ਜਿੱਥੇ ਕਰਦੇ ਆ ਸਾਡੀ ਅੱਜ ਦੀ ਵੀਡੀਓ ਹੋਵੇ ਮੇਰੇ ਭੈਣ ਭਾਈ ਨੂੰ ਪਸੰਦ ਆਵੇ ਲੈ ਪਹੁੰਚਿਆ ਦੇਖੋ ਇਸੀ ਪੈਰੀ ਸੀ ਦੁਆ ਲਗਾ ਲੂਗਾ ਚਾਹੁੰਦੇ ਹਾਂ ਇਜਾਜ਼ਤ ਅੱਲਾਹ ਹਾਫਿਜ਼।